ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਸਮੇਤ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਪੰਜਾਬ ਦੀਆਂ ਖਾਸ ਖਬਰਾਂ ਤੋਂ ਖਬਰਾਂ ਦੇ ਵਿਸਥਾਰ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਾਂਗੇ ਤੇ ਪੰਜਾਬ ਦੀ ਗੱਲ ਦੇ ਵਿੱਚ ਸਭ ਤੋਂ ਪਹਿਲਾਂ ਮੌਸਮ ਦੀ ਖ਼ਬਰ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਦੇ ਵਿੱਚ ਮੰਗਲਵਾਰ ਤੋਂ ਮੌਨਸੂਨ ਮੁੜ ਸਰਗਰਮ ਹੋ ਗਿਆ ਤਿੰਨ ਦਿਨਾਂ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਦਿੱਤੀ ਹੈ ਤੇ ਸ 15 ਜ਼ਿਲਾਂ ਦੇ ਵਿੱਚ yellow alert ਵੀ ਜਾਰੀ ਕਰ ਦਿੱਤਾ ਹੈ ਮੀਂਹ ਦੇ ਨਾਲ 40-50 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਦੇ ਨਾਲ ਦਿਨ ਤੇ ਰਾਤ ਦਾ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਵੀ ਆਊਗੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੰਗਲਵਾਰ ਨੂੰ ਮੀਂਹ ਪਿਆ ਵੀ ਹੈ ਮੋਹਾਲੀ ਦੇ ਵਿੱਚ ਵੀ ਥੋੜੀਆਂ-ਥੋੜੀਆਂ ਕਣੀਆਂ ਪਈਆਂ ਨੇ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਵੀ ਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਥੋੜੀ ਜੀ ਜਿਹੜੀ ਬੂੰਦਾਬੰਦੀ ਹੋਈ ਹੈ ਚੰਡੀਗੜ੍ਹ ਦੇ ਚੰਡੀਗੜ੍ਹ ਦਾ ਜਿਹੜਾ ਵਿਗਿਆਨ ਮੌਸਮ ਵਿਗਿਆਨ ਕੇਂਦਰ ਹੈ ਉਸ ਨੇ 26 ਜੁਲਾਈ ਤੋਂ 3 ਦਿਨਾਂ ਤੱਕ ਭਾਰੀ ਮੀਂਹ ਨੂੰ ਲੈ ਕੇ yellow alert ਕਾਰ ਕਰ ਦਿੱਤਾ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਨੇ ਅਚਾਨਕ ਅਸਤੀਫਾ ਦੇ ਦਿੱਤਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਬਾਅਦ ਸੀਨੀਅਰ ਐਡਵੋਕੇਟ ਅਨਮੋਲ ਰਤਨ ਸਿੰਘ ਸਿੱਧੂ ਨੂੰ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਸੀ ਪਰ ਉਹਨਾਂ ਨੇ 26 ਜੁਲਾਈ ਨੂੰ ਅਸਤੀਫਾ ਦੇ ਦਿੱਤਾ ਹਾਲਾਂਕਿ ਉਹਨਾਂ ਨੇ ਆਪਣਾ ਅਸਤੀਫਾ 19 ਜੁਲਾਈ ਨੂੰ ਹੀ ਸਰਕਾਰ ਨੂੰ ਭੇਜ ਦਿੱਤਾ ਸੀ ਪਰ ਉਸ ਦੀ ਜਿਹੜੀ ਖਬਰ ਹੈ ਉਹ 26 ਜੁਲਾਈ ਨੂੰ ਮਿਲੀ ਹੈ ਅਸਤੀਫਾ ਦੇਣ ਦਾ ਕਾਰਨ ਨਿੱਜੀ ਦੱਸਿਆ ਜਾ ਰਿਹਾ ਹੈ ਸਿਰਫ ਦੋਕ ਲਾਈਨਾਂ ਦੇ ਵਿੱਚ ਉਹਨਾਂ ਨੇ ਅਸਤੀਫਾ ਪੇਜ ਦਿੱਤਾ ਹੈ ਪਤਾ ਲੱਗਿਆ ਕਿ ਏਜੀ ਨੂੰ ਪੰਜਾਬ ਸਰਕਾਰ ਦੇ ਵੱਲੋਂ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰ ਦੂਸਰੇ ਪਾਸੇ ਇਹ ਵੀ ਖਬਰਾਂ ਚੱਲਦੀਆਂ ਨਹੀਂ ਹੈ ਕਿ ਪੰਜਾਬ ਸਰਕਾਰ ਨੇ ਏਜੀ ਨੂੰ ਹਟਾ ਦਿੱਤਾ ਤੇ ਉਹਨਾਂ ਤੋਂ ਅਸਤੀਫਾ ਲੈ ਲਿਆ ਹੈ ਤੇ ਸੀਨੀਅਰ ਐਡਵੋਕੇਟ ਵਿਨੋਦ ਕਈ ਹੁਣ ਪੰਜਾਬ ਦੇ ਨਵੇਂ ਏਜੀ ਹੋਣਗੇ ਇਹ ਖਬਰਾਂ ਵੀ ਚੱਲ ਰਹੀਆਂ ਨੇ ਪਤਾ ਲੱਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਨਮੋਲ ਰਤਨ ਸਿੰਘ ਸਿੱਧੂ ਨੂੰ ਇਸ ਅਹੁਦੇ ਤੋਂ ਹਟਾਇਆ ਹੈ ਅਨਮੋਲ ਰਤਨ ਸਿੰਘ ਸਿੱਧੂ ਨੂੰ ਮਾਰਚ ਮਹੀਨੇ ਦੇ ਵਿੱਚ ਜਦੋਂ ਸਰਕਾਰ ਆਈ ਹੈ ਬਣੀਆਂ ਸਰਕਾਰ ਆਮ ਆਦਮੀ ਪਾਰਟੀ ਦੀ ਉਸੇ ਮਹੀਨੇ ਹੀ ਏਜੀ ਨਿਯੁਕਤ ਕੀਤਾ ਗਿਆ ਸੀ ਅਤੇ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਸਰਕਾਰ ਨੇ ਪਿਛਲੇ 10 ਮਹੀਨਿਆਂ ਦੇ ਵਿੱਚ 5 ਏਜੀ ਬਦਲ ਦਿੱਤੇ ਨੇ ਲਗਾਤਾਰ ਜਦੋਂ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਨੂੰ ਧੱਕਾ ਲਗਣਾ ਸ਼ੁਰੂ ਹੋਇਆ ਸੀ ਉਦੋਂ ਤੋਂ ਲੈ ਕੇ ਹੀ ਹਲਚਲ ਚੱਲ ਰਹੀ ਸੀ ਜਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਦੇ ਨੇ ਉਹਨਾਂ ਨੇ ਵੀ ਇਹ ਮੰਗ ਰੱਖੀ ਸੀ ਸੋ 10 ਮਹੀਨਿਆਂ ਦੇ ਵਿੱਚ 5 ਏਜੀ ਬਦਲ ਦਿੱਤੇ ਗਏ ਨੇ ਵਿਰੋਧੀ ਪਾਰਟੀਆਂ ਨੇ ਅਸਤੀਫੇ ਨੂੰ ਕਿ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਂਦਿਆਂ ਹੀ ਪੰਜਾਬ ਦੇ ਉੱਚ ਅਫਸਰਾਂ ਦੇ ਤਬਾਦਲੇ ਕੀਤੇ ਗਏ ਪਹਿਲਾਂ ਪੰਜਾਬ ਦੇ ਚੀਫ ਸੈਕਟਰੀ ਪੰਜਾਬ ਦਾ ਡੀਜੀਪੀ ਤੇ ਹੁਣ ਪੰਜਾਬ ਦੇ ਏਜੀ ਅਨਮੋਲ ਰਤਨ ਸਿੰਘ ਸਿੱਧੂ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਚੀਮਾ ਨੇ ਕਿਹਾ ਕਿ ਸਭ ਕਾਸੇ ਤੋਂ ਸਪਸ਼ਟ ਹੁੰਦਾ ਹੈ ਕਿ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੂੰ ਪੰਜਾਬ ਨੂੰ ਦਿੱਲੀ ਤੋਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੀਮਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਜਿਹੜੇ ਉੱਚ ਅਫਸਰਾਂ ਨੂੰ ਪੰਜਾਬ के जरिए दिल्ली तो हुक्म मिल रहे ने उस तो नाखुशी जाहिर करते हुए अपने इस्तीफे दे रहे ने इससे बिल्कुल स्पष्ट है कि जिस गैर संवैधानिक तरीके से गैर कानूनी तरीके से दिल्ली से सरकार को चलाने की कोशिश हो रही है उससे स्टेट के जो सिंगल मोस्ट अफसर हैं उनको घुटन महसूस हो ये उस चीज का पर है कि किस तरीके से हुक्म दिल्ली से आते हैं और नीति जब इंप्लीमेंट करने को बोला जाता है तो आप सबको दिक्कत होती है तो तीन महीने में अगर स्थिति यहां तक पहुंच गई है तो हाल क्या है किस तरीके से सरकार चलाई जा रही है ये सबके साथ तो उसी का ही ये नतीजा ਤੇ ਪੰਜਾਬ ਦੇ ਏਜੀ ਅਨਮੋਲ ਰਤਨ ਸਿੱਧੂ ਦੇ ਅਸਤੀਫੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਵੀ ਆਇਆ ਹੈ ਉਹਨਾਂ ਨੇ ਕਿਹਾ ਕਿ ਫੇਰ ਬਦਲ ਹੁੰਦੇ ਰਹਿੰਦੇ ਨੇ ਸੀਨੀਅਰ ਵਕੀਲ ਕਈ ਨੂੰ ਹੁਣ ਏਜੀ ਬਣਾ ਦਿੱਤਾ ਗਿਆ ਹੈ ਸਿੱਧੂ ਨਿੱਜੀ ਕਾਰਨਾ ਕਰਕੇ ਅਸਤੀਫਾ ਦੇ ਕੇ ਗਏ ਨੇ ਪਰ ਅਸੀਂ ਅਨਮੋਲ ਰਤਨ ਸਿੱਧੂ ਦੀਆਂ ਸੇਵਾਵਾਂ ਅੱਗੇ ਵੀ ਲੈਂਦੇ ਰਹਾਂਗੇ ਪੰਜਾਬ ਦੇ ਮੁੱਖ ਮੰਤਰੀ ਨੇ ਸੰਖੇਪ ਜਿਹਾ ਆਪਣਾ ਬਿਆਨ ਦਿੱਤਾ ਬਠਿੰਡਾ ਤੋਂ ਖਬਰ ਹੈ ਜਿੱਥੇ ਮਲੋਟ ਰੋਡ ਸਥਿਤ ਰੀਜਨਲ ਪੋਲੀਟੈਕਨਿਕ ਕਾਲਜ ਦੇ ਵਿੱਚ ਜੇਈ ਦਾ ਪੇਪਰ ਦੇਣ ਪਹੁੰਚੇ ਵਿਦਿਆਰਥੀਆਂ ਤੋਂ ਕਾਲਜ ਦੇ ਗੇਟ ਤੇ ਉਹਨਾਂ ਦੇ ਕੜੇ ਲਹਾ ਲਏ ਗਏ ਇਸ ਕੀਤਾ ਜੇਈ ਦਾ ਪੇਪਰ ਦੇਣ ਪਹੁੰਚੇ ਵਿਦਿਆਰਥੀ ਸ਼ਗਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬੋਰਤੂ ਜੇਈ ਦਾ ਪੇਪਰ ਦੇਣ ਆਇਆ ਸੀ ਪਰ ਕਾਲਜ ਦੇ ਮੁੱਖ ਗੇਟ ਤੇ ਉਸ ਨੂੰ ਰੋਕ ਕੇ ਧਾਰਮਿਕ ਚਿੰਨ ਖੜਾ ਉਤਾਰਨ ਦੇ ਲਈ ਕਿਹਾ ਗਿਆ ਜਿਹਾ ਨਾ ਕਰਨ ਤੇ ਉਸ ਨੂੰ ਪੇਪਰ ਚ ਨਾ ਬੈਠਣ ਦੀ ਸ਼ਤਾਬਨੀ ਵੀ ਦਿੱਤੀ ਗਈ ਇਸ ਦਾ ਵਿਰੋਧ ਆ ਜਿਹੜਾ ਉਹ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਕੀਤਾ ਹੈ ਸਖਤ ਇਤਰਾਜ਼ ਜਤਾਉਂਦਿਆਂ ਧਾਮੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਹੁੰਦੀਆਂ ਸਰਕਾਰੀ ਪ੍ਰੀਖਿਆਵਾਂ ਦੌਰਾਨ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਲਈ ਸਿੱਖ ਵਿਦਿਆਰਥੀਆਂ ਨੂੰ ਕਕਾਰ ਉਤਾਰਨ ਦੇ ਲਈ ਮਜਬੂਰ ਕਰਨ ਦੇ ਮਾਮਲੇ ਸਰਕਾਰ ਦੀ ਸਿੱਖਾਂ ਨੂੰ ਦਰਸਾਉਣ ਵਾਲੇ ਨੇ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਠਿੰਡਾ ਜ਼ਿਲ੍ਹਾ ਤੋਂ ਪ੍ਰਧਾਨ ਪਰਮੇਂਦਰ ਸਿੰਘ ਬਾਲਿਆਵਾਲੀ ਨੇ ਵੀ ਸਖਤ ਵਿਰੋਧ ਕਰਦਿਆਂ ਮੰਗ ਕੀਤੀ ਪ੍ਰਸ਼ਾਸਨ ਤੋਂ ਕਿ ਸਕੂਲ ਪ੍ਰਸ਼ਾਸਨ ਦੇ ਖਿਲਾਫ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਪਰਚਾ ਦਰਜ ਕੀਤਾ ਜਾਵੇ ਯਾਨੀ ਕਿ ਧਾਰਾ 295 ਤਹਿਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਹਮਲਾ ਹੈ ਤੇ ਉਹਨਾਂ ਦੇ ਆਪਣੇ ਹੀ ਸੂਬੇ ਦੇ ਵਿੱਚ ਹਮਲਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਘਟਨਾ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪੰਜਾਬ ਦੇ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਿਵੇਂ ਕੀਤਾ ਜਾਣਾ ਹੈ ਇਸ ਨੂੰ ਲੈ ਕੇ ਕੈਬਨਟ ਦੀ ਜਿਹੜੀ ਸਬਕਮੇਟੀ ਬਣਾਈ ਗਈ ਹੈ ਉਹ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਤੀਸਰੀ ਮੀਟਿੰਗ ਹੋਈ ਹੈ ਮੰਗਲਵਾਰ ਨੂੰ ਅਤੇ ਛੇਤੀ ਇੱਕ ਹੋਰ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਹੀ ਕਰਨਗੇ ਹਮੇਸ਼ਾ ਦੀ ਤਰ੍ਹਾਂ ਇਹਨਾਂ ਦੇ ਨਾਲ ਸਬਕਮੇਟੀ ਦੇ ਵਿੱਚ ਖੇਡ ਮੰਤਰੀ ਗੁਰਮੀਤ ਸਿੰਘ ਮੀਥੇਅਤ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਇਸ ਕਮੇਟੀ ਦੇ ਵਿੱਚ ਸ਼ਾਮਿਲ ਨੇ ਪਿਛਲੀ ਮੀਟਿੰਗ ਦੇ ਵਿੱਚ ਸਬ ਕਮੇਟੀ ਦੇ ਸਬਕਮੇਟੀ ਨੇ ਸਾਰੇ ਜਿਹੜੇ ਵਿਭਾਗਾਂ ਦੇ ਅਧਿਕਾਰੀ ਨੇ ਉਹਨਾਂ ਤੋਂ ਕੱਚੇ ਮੁਲਾਜ਼ਮਾਂ ਦੀ ਲਿਸਟ ਮੰਗੀ ਸੀ 19 ਜੁਲਾਈ ਤੱਕ ਮੰਗੀ ਸੀ ਪਰ ਉਹਨਾਂ ਨੇ ਥੋੜੇ ਦਿਨ ਜਿਹੜੇ ਹੋਰ ਮੰਗ ਲਏ ਸੀਗੇ ਉਦੋਂ ਤੱਕ ਨਹੀਂ ਦੇ ਸਕੇ ਸੀ ਸਾਰੀ ਸੂਚੀ ਤੇ ਹੁਣ ਪੂਰਾ ਰਿਕਾਰਡ ਕਹਿੰਦੇ ਮਿਲ ਗਿਆ ਹੈ ਤੇ ਹੁਣ ਕੈਬਨਿਟ ਸਬਕਮੇਟੀ ਹੈ ਜਿਹੜੀ ਉਹ ਕੀ ਫੈਸਲਾ ਲਏਗੀ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਪੰਜਾਬ ਦੇ ਵਿੱਚ ਸੁਵਿਧਾ ਕੇਂਦਰਾਂ ਨੂੰ ਮੁਹੱਲਾ ਕਲੀਨਿਕ ਬਣਾਏ ਜਾਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਹੁਣ ਸਪਸ਼ਟਕਰਨ ਦਿੱਤਾ ਹੈ ਜਵਾਬ ਦਿੰਦਾ ਹੈ ਵਿਰੋਧੀਆਂ ਦੇ ਹਮਲੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਖੰਡਰ ਬਣ ਚੁੱਕੇ ਸੇਵਾ ਕੇਂਦਰਾਂ ਨੂੰ ਸੁਧਾਰ ਕੇ ਜੇ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਦੇਈਏ ਤਾਂ ਉਹਦੇ ਵਿੱਚ ਮਾੜਾ ਕੀ ਹੈ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਨੇ ਕਿਹਾ ਕਿ ਖੰਡਰ ਬਣ ਚੁੱਕੇ ਸੇਵਾ ਕੇਂਦਰਾਂ ਨੂੰ ਮੁਰਦ ਤੋਂ ਠੀਕ ਕੀਤਾ ਗਿਆ ਹੈ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਨੇ ਆਮ ਆਦਮੀ ਕਲੀਨਿਕ ਲੋਕਾਂ ਦੇ ਲਈ ਬਹੁਤ ਸਹਾਇਕ ਸਿੱਧ ਹੋਣਗੇ ਤੇ ਜੇ ਖੰਡਰ ਬਣ ਚੁੱਕੇ ਹਨ ਮਾਰਤਾਂ ਦੇ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ ਇਹਦੇ ਵਿੱਚ ਗਲਤ ਕੀ ਹੋਣ ਜਾ ਰਿਹਾ ਹੈ 26 ਜੁਲਾਈ ਨੂੰ ਸਿੱਧੂ ਮੂਸੇਵਾਲੇ ਦੇ ਕਤਲकांड ਨੂੰ ਵਾਪਰੇ ਹੋਏ ਪੂਰੇ 58 ਦਿਨ ਹੋ ਗਏ ਨੇ 58 ਦੱਸਦੇ ਨੇ ਹਾਂ ਕਤਲकांड ਦੇ ਨਾਲ ਜੁੜੀ ਕੋਈ ਖਾਸ ਬਹੁਤੀ ਅਪਡੇਟ ਪੰਜਾਬ ਪੁਲਿਸ ਜਾਂ ਦਿੱਲੀ ਪੁਲਿਸ ਦੇ ਵੱਲੋਂ ਸਾਹਮਣੇ ਨਹੀਂ ਆ ਸਕੀ ਪਰ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ ਇਸ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਅਦਾਲਤ ਦੇ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਹੈ ਕਤਲ ਦੇ ਕਰੀਬ 11 ਮਹੀਨਿਆਂ ਦੇ ਬਾਅਦ ਵਿਸ਼ੇਸ਼ ਜਾਂਚ ਟੀਮ ਨੇ ਚਾਰਜ ਸ਼ੀਟ ਦਾਖਲ ਕੀਤੀ ਹੈ ਪਰ ਉਸ ਦੇ ਵਿੱਚ ਨਾ ਹੀ ਤਾਂ ਸਿੱਧੂ ਮੂਸੇਵਾਲੇ ਦਾ ਕਿਤੇ ਨਾਮ ਹੈ ਤੇ ਨਾ ਹੀ ਕਥਿਤ ਮੈਨੇਜਰ ਸ਼ਗਨ ਪ੍ਰੀਤ ਦਾ ਨਾਮ ਹੈ ਇਹਦੇ ਵਿੱਚ ਗੈਂਗਸਟਰ ਭੂਪੀ ਰਾਣਾ ਸਮੇਤ 6 ਮੁਲਜ਼ਮਾਂ ਦੇ ਨਾਮ ਸ਼ਾਮਿਲ ਨੇ ਸੱਜਣ ਉਰਫ ਭੋਲੂ ਅਨਿਲ ਲੱਠ ਅਜੈ ਉਰਫ ਸੰਨੀ ਉਰਫ ਲੈਫਟੀ ਗੈਂਗਸਟਰ ਅਮਿਤ ਡਾਗਰ ਤੇ ਕੌਸ਼ਲ ਚੌਧਰੀ ਦੇ ਨਾਮ ਸ਼ਾਮਲ ਨੇ ਇਹਨਾਂ ਦੇ ਖਿਲਾਫ ਧਾਰਾ 322 120 ਬੀ ਤੇ 34 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸਿਟ ਕਰੀਬ 11 ਮਹੀਨਿਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਤੋਂ ਬਾਅਦ ਪੁਲਿਸ ਖੁਦ ਹੀ ਸਾਰੇ ਦੋਸ਼ੀਆਂ ਨੂੰ ਰਿਮਾਂਡ ਤੇ ਲੈ ਕੇ ਅਦਾਲਤ ਦੇ ਵਿੱਚ ਦਾਖਲ ਚਾਰਜ ਸ਼ੀਟ ਦੇ ਵਿੱਚ ਅਰਮੀਨੀਆ ਦੀ ਜੇਲ੍ਹ ਚ ਬੰਦ ਗੌਰਵ ਯਾਦਵ ਉਰਫ ਲੱਕੀ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਮੰਨੇ ਜਾਂਦੇ ਸ਼ਗਨਪ੍ਰੀਤ ਸਮੇਤ ਹੋਰ ਕਿਸੇ ਮੁਲਜ਼ਮ ਦਾ ਕੋਈ ਨਾਮ ਨਹੀਂ ਹੈ ਇੱਕ ਸ਼ੂਟਰ ਦੀ ਪਛਾਣ ਵੀ ਹਾਲੇ ਤੱਕ ਨਹੀਂ ਹੋ ਸਕੇ ਵਿੱਕੀ ਮਿੱड्डੂ ਖੇੜਾ ਨੂੰ ਲੰਗੇ ਸਾਲ 7 ਅਗਸਤ ਨੂੰ ਮੁਹਾਲੀ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਦਵਿੰਦਰ ਬੰਬੀਹਾ ਗੈਂਗ ਨੇ ਫੇਸਬੁੱਕ ਤੇ ਪੋਸਟ ਰਾਹੀਂ ਵਿੱਕੀ ਮਿੱड्डੂ ਖੇੜਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਦੂਸਰੀ ਅਹਿਮ ਅਪਡੇਟ ਆਈ ਹੈ ਕਿ ਪਿਛਲੇ ਦਿਨੀ ਮਾਰੇ ਗਏ ਸ਼ੂਟਰ ਮਨਪ੍ਰੀਤ ਮੰਨੂ ਕੁੱਸਾ ਤੇ ਜਗਰੂਪ ਰੂਪਾ ਇਹਨਾਂ ਦੇ ਬਾਰੇ ਡੀਸੀ ਐਮਐਸ ਭੁੱਲਰ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕੁਝ ਖੁਲਾਸੇ ਕਿਤੇ ਨੇ ਉਹਨਾਂ ਦੱਸਿਆ ਕਿ ਏਜੀਟੀਐਫ ਤੇ ਮਾਨਸਾ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕੀਤੀ ਗਈ ਸੀ ਜਿਦੇ ਵਿੱਚ ਅੰਮ੍ਰਿਤਸਰ ਪੁਲਿਸ ਦੇ ਦੋ ਅਫਸਰ ਵੀ ਸ਼ਾਮਲ ਸਨ ਮਲਜ਼ਮਾਂ ਬਾਰੇ ਸੁਣ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਰੇਡ ਕਰਨ ਲਈ ਅੰਦਰ ਗਈ ਤਾਂ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ ਇਸ ਮੌਕੇ ਕਹਿੰਦੇ ਉਹਨਾਂ ਦੇ ਵੱਲੋਂ ਹੋਈ ਫਾਇਰਿੰਗ ਦੌਰਾਨ ਪੰਜਾਬ ਪੁਲਿਸ ਦੇ ਇੱਕ ਜਵਾਨ ਦੀ ਜਾਨ ਉਦੋਂ ਮੱਸਾਂ ਬਚੀ ਜਦੋਂ ਇੱਕ ਗੋਲੀ ਸਿੱਧੀ ਉਸਦੀ ਛਾਤੀ ਤੇ ਵੱਜੀ ਪਰ ਜੇਬ ਦੇ ਵਿੱਚ ਮੋਬਾਈਲ ਹੋਣ ਕਰਕੇ ਉਸ ਦਾ ਬਚਾਅ ਹੋ ਗਿਆ ਗੋਲੀ ਉਸ ਦੇ ਮੋਬਾਈਲ ਦੇ ਵਿੱਚ ਹੀ ਅਟਕ ਕੇ ਰਹਿ ਗਈ ਉਹਨਾਂ ਇਹ ਵੀ ਦੱਸਿਆ ਕਿ ਜਗਰੂਪ ਰੂਪ ਨੂੰ ਗੁੱਸਾ ਦੀ ਬਾਅਦ ਵਿੱਚ ਹੋਈ ਸੀ ਇਸ ਕਾਰਵਾਈ ਦੇ ਸ਼ੁਰੂਆਤੀ ਪਲਾਨ ਦੇ ਵਿੱਚ ਕਹਿੰਦੇ ਮਾਨਸਾ ਪੁਲਿਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ 35 ਜਵਾਨ ਹੀ ਸ਼ਾਮਲ ਸਨ ਪਰ ਬਾਅਦ ਵਿੱਚ 350 ਦੀ ਫੋਰਸ ਨੇ ਗੈਂਗਸਟਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਸੀ ਬਾਰੀ-ਬਾਰੀ ਆਤਮ ਸਮਰਪਣ ਨੂੰ ਕਿਹਾ ਗਿਆ ਪਰ ਇਹਨਾਂ ਨੇ ਫਾਇਰਿੰਗ ਜਾਰੀ ਰੱਖੀ ਤੇ ਅੰਤ ਵਿੱਚ ਮਾਰੇ ਗਏ ਇਸ ਕਤਲकांड ਦੇ ਵਿੱਚ ਇੱਕ ਹੋਰ ਅਹਿਮ ਅਪਡੇਟ ਜਿਹੜਾ ਹਾਲੇ ਤੱਕ ਫੜਿਆ ਨਹੀਂ ਗਿਆ ਸ਼ਾਰਪ ਸ਼ੂਟਰ ਦੀਪਕ ਮੁੰਡੀ ਉਸ ਦੇ ਨਾਲ ਜੁੜੀ ਹੋਈ ਹੈ ਖਬਰਾਂ ਕਈ ਮੀਡੀਆਦਾਰਿਆਂ ਨੇ ਚਲਾ ਦਿੱਤੀਆਂ ਸੀ ਕਿ ਦੀਪਕ ਮੁੰਡੀ ਫੜਿਆ ਗਿਆ ਹੈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪੰਜਾਬ ਪੁਲਿਸ ਦੇ ਵੱਲੋਂ ਇਹ ਫੜਿਆ ਗਿਆ ਹੈ ਮੰਗਲਵਾਰ ਨੂੰ ਇਹ ਖਬਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਸਨ ਫੇਸਬੁੱਕ ਤੇ ਇੰਸਟਾਗ੍ਰam ਤੇ ਚੱਲੀਆਂ ਖਬਰਾਂ ਦੇ ਮੁਤਾਬਿਕ 6ਵਾਂ ਸ਼ਾਰਪ ਸ਼ੂਟਰ ਦੀਪਕ ਮੁੰਡੀ ਪੰਜਾਬ ਪੁਲਿਸ ਨੇ ਅਟਾਰੀ ਤੋਂ ਗ੍ਰਿਫਤਾਰ ਕੀਤਾ ਪਰ ਪੰਜਾਬ ਪੁਲਿਸ ਨੇ ਇਹਨਾਂ ਖਬਰਾਂ ਦਾ ਖੰਡਨ ਕਰ ਦਿੱਤਾ ਹੈ ਪੁਲਿਸ ਨੇ ਦੱਸਿਆ ਹੈ ਕਿ ਹਾਲੇ ਛਾਪੇਮਾਰੀ ਚੱਲ ਰਹੀ ਹੈ ਪਰ ਹਾਲੇ ਦੀਪਕ ਮੁੰਡੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਪਾਲਿਸ ਨੇ ਇਸ ਮੁਲਜ਼ਮ ਨੂੰ ਇਸ ਸ਼ਾਰਪ ਸ਼ੂਟਰ ਨੂੰ ਜਲਦ ਹੀ ਫੜਨ ਦਾ ਦਾਵਾ ਵੀ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਇਆ ਕਿ ਰਾਗਵ ਚੱਡਾ ਦੀ ਪੰਜਾਬ ਯੋਜਨਾ ਬੋਰਡ ਦੇ ਮੁਖੀ ਦੇ ਤੌਰ ਤੇ ਨਿਯੁਕਤੀ ਤੋਂ ਆਮ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਆਮ ਆਦਮੀ ਪਾਰਟੀ ਨੇ ਸ਼ਹੀਦ ਭਗਤ ਸਿੰਘ ਦਾ ਮੁੱਦਾ ਉਛਾਲਿਆ ਤੇ ਉਛਾਲਿਆ ਵੀ ਉਸ ਵਕਤ ਜਦੋਂ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਸਾਂਸਦ ਦੇ ਵਜੋਂ ਸੌ ਚੱਕਣ ਜਾ ਰਹੇ ਸੀ ਕਹਿੰਦੇ ਇਹਨਾਂ ਸਾਰਿਆਂ ਨੇ ਰਲ ਕੇ ਪੰਜਾਬ ਦੇ ਨੌਜਵਾਨਾਂ ਦੇ ਮੂਰੇ ਸਿਮਰਨ ਜੀ ਸਿੰਘ ਮਾਨ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਖਬਾਰਾਂ ਦੇ ਵਿੱਚ ਗਲਤ ਲੇਖ ਛਪਵਾਏ ਕਿਰਪਾਨ ਬਾਰੇ ਗਲਤ ਅਫਵਾਹ ਫੈਲਾਈ ਤੇ ਪੱਤਰਕਾਰਾਂ ਨੇ ਵੀ ਜਾਣਬੁੱਝ ਕੇ ਸ਼ਹੀਦ ਭਗਤ ਸਿੰਘ ਬਾਰੇ ਸਵਾਲ ਪੁੱਛੇ ਸ਼ਹੀਦ ਭਗਤ ਸਿੰਘ ਬਾਰੇ ਆਪਣੀ ਪਾਰਟੀ ਦੇ ਸਟੈਂਡ ਨੂੰ ਸਪਸ਼ਟ ਕਰਦਿਆਂ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਗੋਬਿੰਦ ਸਿੰਘ ਸੰਧੂ ਨੇ ਕਿਹਾ ਕਿ ਭਾਵੇਂ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਖਾਤਰ ਕੁਰਬਾਨੀ ਦਿੱਤੀ ਪਰ ਪੁਲਿਸ ਅਧਿਕਾਰੀ ਨੂੰ ਮਾਰਨ ਵਾਲਾ નિર્ਦੋਸ਼ ਕਿਵੇਂ ਹੈ 17 ਸਾਲਾਂ ਬਾਅਦ ਸਵਾਲ ਪੁੱਛਦੇ ਹਾਂ ਕਿ ਮਾਨ ਸਾਹਿਬ ਤੁਸੀਂ ਸਾਨੂੰ ਭਗਤ ਸਿੰਘ ਬਾਰੇ ਦੱਸੋ ਤੁਸੀਂ ਸ਼ਹੀਦ ਮੰਨਦੇ ਹੋ ਕਿ ਆਤਵਾਦੀ ਮੰਨਦੇ ਹੋ ਦਾਰਸ਼ਨਿਕ ਜੀਤ ਸਿੰਘ ਮਾਨ ਨੇ ਉਹਨਾਂ ਨੂੰ ਵਿਸਤਾਰ ਨਾਲ ਜਵਾਬ ਦਿੱਤਾ ਉਹਨਾਂ ਨੂੰ ਕਿਹਾ ਕਿ ਜੇ ਮੁਲਕ ਦੀ ਆਜ਼ਾਦੀ ਵਾਸਤੇ ਜਾਂ ਕਸ਼ਮੀਰ ਦੀ ਲੜਦੇ ਆ ਸਿੱਖ ਕੌਮ ਕੌਮੀ ਆਜ਼ਾਦੀ ਦੀ ਲੜਦੀ ਹੈ ਜੇ ਕਿਸੇ ਵੀ ਕੌਮ ਤੋਂ ਕਿਸੇ ਵੀ ਆਜ਼ਾਦੀ ਦੀ جنگ 'ਚ ਕੋਈ ਜਾ ਕੇ ਪਾਰਲਮੈਂਟ 'ਚ ਬੰਬ ਸੁੱਟੇਗਾ ਤੇ ਇੱਕ ਅਫਸਰ ਨੂੰ ਗੋਲੀ ਮਾਰ ਕੇ ਖਤਮ ਕਰ ਦੇਗਾ ਤੇ ਇੱਕ ਹੈੱਡ ਕਨਸਟੇਬਲ ਅਮਰਿਤਧਾਰੀ ਸਿੱਖ ਨੂੰ ਵੀ ਗੋੜੀ ਮਾਰ ਕੇ ਖਤਮ ਕਰ ਦੂਗਾ ਆਜ਼ਾਦੀ ਦੀ ਜੰਗ ਹੈ ਅਸੀਂ ਮੰਨਦੇ ਹਾਂ ਕਿ ਆਜ਼ਾਦੀ ਖਾਤਰ ਮੁਲਕ ਦੇ ਆਜ਼ਾਦੀ ਖਾਤਰ ਜੋਸ ਦਾ ਭਗਤ ਸਿੰਘ ਜੀ ਨੇ ਠੀਕ ਸਮਝਿਆ ਹਨ ਇਹ ਕਿ ਤਾ ਪਰ ਇਸ ਐਕਟ ਨੂੰ ਤੁਸੀਂ ਕੀ ਆਖੋਗੇ ਪੱਤਰਕਾਰਾਂ ਨੇ ਆਪ ਕਿਹਾ ਕਿ ਅਸੀਂ ਇਹਨੂੰ ਐਨ ਐਕਟ ਆਫ ਟਰਰ ਰੱਖਾਂਗੇ ਕਿ ਇਹ دہشت ਦਾ ਐਕਟ ਹੈਗਾ ਕਿ ਜਿਹੜੇ ਇਨਸਾਨ ਨੇ ਉਹ ਐਕਟ ਕੀਤਾ ਉਨਾਂ ਨੂੰ ਕੀ ਆਖੋਗੇ ਫਿਰ ਉਹਨਾਂ ਨੇ ਸਾਫ਼ ਜਵਾਬ ਦਿੱਤਾ ਕਿ ਅਤਵਾਦੀ ਆਖਾਂਗੇ ਗੋਬਿੰਦ ਸਿੰਘ ਸੰਧੂ ਨੇ ਪੰਜਾਬ ਦੇ ਜੋਕੇ ਹਾਲਾਤਾਂ ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਇੱਕ ਵੱਡੇ ਆਰਥਿਕ ਸੰਕਟ ਚੋਂ ਲੰਘ ਰਿਹਾ ਹੈ ਕਿਸਾਨ ਬਦਹਾਲ ਹੈ ਨੌਜਵਾਨ ਸੜਕਾਂ ਤੇ ਰੋਲ ਰਹੇ ਨੇ ਸਰਕਾਰ ਜਿਹੜੀ ਹੈਗੀ ਹੈ ਸਰਕਾਰ ਦੀ ਪੁਲਿਸ ਉਹਨਾਂ ਤੇ ਤਸ਼ੱਦਦ ਕਰ ਰਹੀ ਹੈ ਅਜਿਹੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਕਾਲੇ ਦਲ ਅੰਮ੍ਰਿਤਸਰ ਦਾ ਪੰਜਾਬ ਦੇ ਲੋਕਾਂ ਨੂੰ ਪੂਰਾ ਸਮਰਥਨ ਹੈ ਤੇ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਪੂਰੇ ਕਰੇ ਅਰਥਹੀਣ ਮਸਲਿਆਂ ਦਾ ਸਹਾਰਾ ਲੈ ਕੇ ਆਮ ਜਨਤਾ ਨੂੰ ਗੁੰਮਰਾਹ ਨਾ ਕਰੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਸਥਿਤ ਰਹਿੈਸ਼ਵਲ ਜਾ ਰਹੇ ਬੇਰੁਜ਼ਗਾਰ ਅਧਿਆਪਕਾਂ ਤੇ ਹੋਏ ਲਾਠ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਨੰਦਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਕਿ ਲਾਠੀ ਚਾਰਜ ਕਿਸੇ ਮਸਲੇ ਦਾ ਹੱਲ ਨਹੀਂ ਹੈ ਰਾਜਾਵੜਿੰਗ ਨੇ ਸਵਾਲ ਕਰਦਿਆਂ ਉਹਨਾਂ ਕਿਹਾ ਕਿ ਅੱਜ ਕਿਉਂ ਆਮ ਲੋਕਾਂ ਦੇ ਮੁੱਖ ਮੰਤਰੀ ਆਮ ਲੋਕਾਂ ਨੂੰ ਹੀ ਨਹੀਂ ਮਿਲ ਰਹੇ ਕਿ ਜਿਸ ਬਦਲਾ ਦੀ ਗੱਲ ਕੀਤੀ ਗਈ ਸੀ ਉਹ ਲੀਡਰਾਂ ਦੇ ਤੌਰ ਤਰੀਕੇ ਦੇ ਵਿੱਚ ਹੀ ਆਉਣਾ ਸੀ ਇਸ਼ਤਿਹਾਰਾਂ ਦੀ ਸਰਕਾਰ ਨੇ ਜੋ ਵਾਅਦੇ ਚੋਣਾਂ ਵਿੱਚ ਕੀਤੇ ਸੀ ਉਹਨਾਂ ਤੋਂ ਇੱਕ ਤੇ ਵੀ ਸਰਕਾਰ ਖਰੀ ਨਹੀਂ ਉੱਤਰੀ ਹੈ ਤੇ ਲਾਠੀ ਚਾਰਜ ਕਿਸੇ ਮਸਲੇ ਦਾ ਹੱਲ ਨਹੀਂ ਹੈ ਕਾਂਗਰਸ ਵਿਧਾਇਕ ਸੁਪਾਲ ਸਿੰਘ ਖੈਰਾ ਨੇ ਵੀ ਇਸ ਮਸਲੇ ਪੰਜਾਬ ਸਰਕਾਰ ਨੂੰ ਘੇਰਿਆ ਹੈ ਪੀਟੀਆਈ ਅਧਿਆਪਕਾਂ ਤੇ ਜਿਹੜਾ ਲਾਠੀ ਚਾਰਜ ਕੀਤਾ ਹੈ ਉਸ ਤੇ ਦੁੱਖ ਭਰਗਟਾਉਂਦਿਆਂ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਖੈਰਾ ਨੇ ਲਿਖਿਆ ਕਿ ਸ਼੍ਰੀਮਤੀ ਸਿੱਪੀ ਸ਼ਰਮਾ ਨੂੰ ਦੇਖ ਕੇ ਬਹੁਤ ਦੁੱਖ ਹੋਇਆ ਕਹਿੰਦੇ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਇਸ ਪ੍ਰਦਰਸ਼ਨਕਾਰੀ ਬੀਬੀ ਨੂੰ ਚੋਣਾਂ ਤੋਂ ਪਹਿਲਾਂ ਨੌਕਰੀ ਦਾ ਵਾਅਦਾ ਕਰਕੇ ਮੁਹਾਲੀ ਦੀ ਪਾਣੀ ਵਾਲੀ ਟੈਂਕੀ ਤੋਂ ਇਹਨਾਂ ਨੇ ਹੀ ਉਤਾਰਿਆ ਸੀ ਪਰ ਹੁਣ ਸਿੱਪੀ ਦੇ ਸਮੇਤ 646 ਪੀਟੀਆਈ ਅਧਿਆਪਕਾਂ ਤੇ ਲਾਠੀ ਚਾਰਜ ਕੀਤਾ ਗਿਆ ਦੇਖੋ ਕਿੰਨਾ ਬਦਲਾ ਆ ਗਿਆ ਤੇ ਸੰਗਰੂਰ ਦੇ ਵਿੱਚ ਅਧਿਆਪਕਾਂ ਤੇ ਹੋਏ ਇਸ ਲਾਠੀ ਚਾਰਜ ਦੇ ਮਸਲੇ ਤੇ ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਵੀ ਬਿਆਨ ਦਿੱਤਾ ਹੈ ਮਾਨ ਨੇ ਕਿ ਹੈ ਕਿ 25 ਜੁਲਾਈ ਨੂੰ ਮੈਂ ਇਸ ਲਾਠੀ ਚਾਰਜ ਅਤੇ ਜਲ ਤੋਪਾਂ ਦੀ ਵਰਤੋਂ ਕੀਤੇ ਜਾਣ ਦੇ ਖਿਲਾਫ ਸੰਸਦ ਦੇ ਵਿੱਚ ਆਵਾਜ਼ ਚੁੱਕਾਂਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹائش ਤੇ ਬਾਹਰ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀ ਚਾਰਜ ਹੋਇਆ ਹੈ ਦਿੱਲੀ ਬਾਰਡਰਾਂ ਤੇ ਲੱਗੇ ਕਿਸਾਨ ਮੋਰਚਿਆਂ ਦੇ ਵਿੱਚੋਂ ਸਿੰਘੂ ਬਾਰਡਰ ਤੇ ਕਿਸਾਨਾਂ ਨੂੰ ਮੁਫਤ ਮੈਡੀਕਲ ਸੇਵਾਵਾਂ ਦੇ ਕੇ ਚਰਚਾ ਦੇ ਵਿੱਚ ਆਈ ਲਾਈਫ ਕੇਅਰ ਫਾਊਂਡੇਸ਼ਨ ਦੇ ਵੱਲੋਂ ਜ਼ਿਲ੍ਹਾ ਜਲੰਧਰ ਦੇ ਵਿੱਚ ਪੈਂਦੇ ਪਿੰਡ ਚਲਾੰਗ ਦੇ ਵਿੱਚ ਉਹੀ ਹਸਪਤਾਲ ਹੂਬੂ ਮੰਗਲਵਾਰ ਨੂੰ ਖੋਲ ਦਿੱਤਾ ਗਿਆ ਹੈ ਜਿਸ ਦਾ ਉਦਘਾਟਨ ਖਾਲਸਾ ਏਡ ਦੇ ਏਸ਼ੀਆ ਡਾਇਰੈਕਟਰ ਅਮਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਸੰਸਥਾ ਵੱਲੋਂ ਥੋੜੇ ਖਰਚੇ ਦੇ ਵਿੱਚ ਟੈਸਟ ਕਰਵਾਉਣ ਤੇ ਮੈਡੀਕਲ ਸਹੂਲਤਾਂ ਦੇਣ ਦੇ ਲਈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੈਬਾਰਟਰੀਆਂ ਸਥਾਪਿਤ ਕੀਤੀਆਂ ਗਈਆਂ ਸੀ ਇਲਾਕੇ ਵਿੱਚ ਇਸ ਹਸਪਤਾਲ ਦੇ ਖੁੱਲਣ ਦੇ ਨਾਲ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਸਿੰਘੂ ਬ ਲੋ ਮੁਫਤ ਸੇਵਾਵਾਂ ਦਿੱਤੀਆਂ ਜਾਂਦੀਆਂ ਸੀ ਤੇ ਇੱਥੇ ਵੀ ਵੱਖ-ਵੱਖ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਇਲਾਜ ਮੁਫਤ ਕੀਤਾ ਜਾਊਗਾ ਆਮ ਛੋਟੀਆਂ ਬਿਮਾਰੀਆਂ ਦਾ ਤਾਂ ਇਲਾਜ ਉਦਾਂ ਹੀ ਮੁਹੱਲੇਆ 'ਚ ਛੋਟੇ ਡਿਸਪੈਂਸਰੀਆਂ 'ਚ ਪਿੰਡਾਂ 'ਚ ਆਰਐਮਪੀ ਡਾਕਟਰਸ ਜੋ ਬਹੁਤ ਸਾਰੇ ਬੈਠੇ ਨੇ ਉਹ ਚੱਲਦਾ ਰਹਿਣਾ ਪਰ ਸਾਡਾ ਮਕਸਦ ਇੱਕ ਲੈਬ ਇੱਥੇ ਲਗਾਈ ਗਈ ਹੈ ਜਿੱਚ ਪ੍ਰੋਪਰ ਟੈਸਟ ਕਰਕੇ ਪੇਸ਼ੈਂਟ ਦਾ ਜੋ ਡਾਇਗਨੋਸ ਹੈ ਜੋ ਬਿਮਾਰੀ ਹੈ ਉਹਨੂੰ ਸ਼ੁਰੂਆਤੀ ਦੌਰ 'ਚ ਫੜ ਕੇ ਉਹਦਾ ਇਲਾਜ ਕਰਨਾ ਹੈ ਇਤੇ ਵੱਖ-ਵੱਖ ਸਪੈਸ਼ਲਿਸਟ ਡਾਕਟਰ ਲੀਵਰ ਦੇ ਜਿਵੇਂ ਕਿ ਕਿਡਨੀ ਦੇ ਡਾਕਟਰ ਹਨ ਅਤੇ ਐਂਡੋਕਨਾਲੋਜੀ ਸਾਇਰੋਇਡ ਤੇ ਸ਼ੂਗਰ ਦੇ ਸਪੈਸ਼ਲਿਸਟ ਡਾਕਟਰ ਹੱਡੀਆਂ ਦੇ ਡਾਕਟਰ ਤੇ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਸੁਪਰ ਸਪੈਸ਼ਲਿਸਟ ਡਾਕਟਰ ਦੁਆਰਾ ਕੈਂਪ ਲਗਾਏ ਜਾਣਗੇ ਉਹਨਾਂ ਕੈਂਪਾਂ ਚ ਜੋ ਵੀ ਪੇਸ਼ੈਂਟ ਨੂੰ ਚੈੱਕ ਕਰਕੇ ਉਹਦਾ ਬਣਦਾ ਜੋ ਟੈਸਟ ਕਰਾ ਕੇ ਡਾਇਗਨੋਸ ਕਰਕੇ ਪੇਸ਼ੈਂਟ ਨੂੰ ਬਿਮਾਰੀਆਂ ਤੋਂ ਬਚਾਇਆ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਉਪਰਾਲੇ ਚ ਸਾਡੇ ਨਾਲ ਬਹੁਤ ਸਾਰੇ ਡਾਕਟਰ ਜੁੜ ਰਹੇ ਨੇ ਪੰਜਾਬ ਤੋਂ ਜੋ ਕਿ ਕਹਿੰਦੇ ਆ ਕਿ ਮੈਂ ਆਪ ਦਾ ਦਸਵੰਦ ਤੁਹਾਨੂੰ ਆਪਣੀ ਜੋ ਮੈਡੀਕਲ ਸਵਾਵਾ ਨੇ ਉਹ ਦੇਣੀਆਂ ਨੇ ਸਾਡੇ ਕੋਲ ਅੱਜ ਡਾਕਟਰ ਆਏ ਨੇ ਤਿੰਨ ਤੇ ਡਾਕਟਰ ਸਤਨਾਮ ਨੇम्स ਤੋਂ ਤੇ ਹੋਰ ਵੀ ਬਹੁਤ ਸਾਰੇ ਲੋਕਲ ਜਲੰਧਰ ਡਾਕਟਰ ਜੋ ਨੇ ਉਹ ਵੀ ਵਿਜ਼ਿਟ ਕਰ ਰਹੇ ਤੇ ਸਾਡੀ ਬੇਨਤੀ ਹੈ ਜਿੰਨੇ ਵੀ ਲੋਕਲ ਜਲੰਧਰ ਦੇ ਨੇੜੇ ਤੇੜੇ ਦੇ ਡਾਕਟਰ ਹੋ ਸਕਦਾ ਆਪਣਾ ਆਮੇ ਤੁਸੀਂ ਮਹੀਨੇ 'ਚ ਇੱਕ ਦਿਨ ਦੋ ਹਫਤੇ 'ਚ ਇੱਕ ਦਿਨ ਦੋ 15 ਦਿਨਾਂ 'ਚ ਇੱਕ ਦਿਨ ਦੋ ਆਪਦਾ ਕੀਮਤੀ ਸਮਾਂ ਕੱਢ ਕੇ ਆਪਦਾ ਦਸਵੰਧ ਕੱਢ ਕੇ ਇੱਥੇ ਜ਼ਰੂਰ ਸੰਗਤੀ ਸੇਵਾ ਲਈ ਇੱਕ ਦਿਨ ਕੱਢਿਆ ਕਰੋ 2 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਨੂੰ ਪੂਰੇ 23 ਸਾਲ ਹੋ ਗਏ ਜਿਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਖਾਸ ਸਮਾਗਮ ਕਰਵਾਏ ਗਏ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਬਾਹਰ ਮੈਮੋਰੀਅਲ ਦੇ ਵਿੱਚ ਵੀ ਖਾਸ ਸਮਾਗਮ ਰੱਖਿਆ ਗਿਆ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਾਸ ਤੌਰ ਤੇ ਜੰਗ ਦੇ ਵਿੱਚ ਸ਼ਹੀਦਾਂ ਨੂੰ ਸਜਦਾ ਕੀਤਾ ਗਿਆ ਉਹਨਾਂ ਤੋਂ ਪਹਿਲਾਂ ਵੱਖ-ਵੱਖ ਫੌਜੀ ਅਧਿਕਾਰੀਆਂ ਦੇ ਨਾਲ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਵੱਲੋਂ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਬਠਿੰਡਾ ਤੋਂ ਖਬਰ ਹੈ ਜਿੱਥੇ ਪਿੰਡ ਤਿਉਣਾ ਪੁਜਾਰੀਆਂ ਦੇ ਵਿੱਚ ਇੱਕ ਨੇ ਆਪਣੀ ਪਤਨੀ ਅਤੇ ਧੀ ਦਾ ਕਥਿਤ ਤੌਰ ਤੇ ਕਤਲ ਕਰ ਦਿੱਤਾ ਜਦਕਿ 10 ਸਾਲ ਦੇ ਪੁੱਤ ਨੇ ਭੱਜ ਕੇ ਜਾਨ ਬਚਾਈ ਕਥਿਤ ਤੰ ਨਸ਼ੇੜੀ ਨੇ ਤੇਜ਼ ਤਰਹ ਹਥਿਆਰਾਂ ਦੇ ਨਾਲ ਆਪਣੇ ਹੀ ਪਰਿਵਾਰ ਦੇ ਜੀਵਾਂ ਦੇ ਕਤਲ ਕਰ ਦਿੱਤੇ ਮ੍ਰਿਤਕਾਂ ਦੀ شناخت ਜਸਵੀਰ ਕੌਰ ਉਮਰ ਮਹਿਜ਼ 32 ਸਾਲ ਦੀ ਸੁਖਪ੍ਰੀਤ ਸਿਰਫ 6 ਸਾਲ ਦੀ ਸੀ ਡੀਐਸਪੀ ਜਤਨ ਮਾਨਸਲੇ ਨੇ ਦੱਸਿਆ ਕਿ ਪੁਲਿਸ ਹਮਲਾਵਰ ਦੀ ਭਾਲ ਕਰ ਰਹੀ ਹੈ ਫਰੀਦਕੋਟ ਤੋਂ ਖਬਰ ਹੈ ਜਿੱਥੇ ਕੇਂਦਰੀ ਮਾਡਰਨ ਜੇਲ੍ਹ ਦੇ ਵਿੱਚ ਨਜ਼ਰਬੰਦ ਕਤਲ ਕੇਸ ਦਾ ਦੋਸ਼ੀ ਜੇਲ੍ਹ ਕਰਮਚਾਰੀਆਂ ਦੀ ਹਿਰਾਸਤ ਵਿੱਚੋਂ ਭੱਜਣ 'ਚ ਸਫਲ ਹੋ ਗਿਆ ਅੰਗਰੇਜ਼ ਸਿੰਘ ਵਾਸੀ ਬਾਜਾਖਾਨਾ ਜਿਸ ਨੂੰ ਕਤਲ ਕੇਸ ਵਿੱਚ ਉਮਰ ਕੈਦ ਹੋਈ ਸੀ ਉਹ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ ਉਸਨੇ ਲੰਗੀ ਰਾਤ ਕਿਹਾ ਕਿ ਮੇਰੇ ਢਿੱਡ ਵਿੱਚ ਪੀੜ ਹੁੰਦੀ ਹੈ ਮੇਰਾ ਢਿੱਡ ਦੁਖਦਾ ਉਸ ਨੂੰ ਇਲਾਜ ਦੇ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਹਸਪਤਾਲ ਤੋਂ ਉਹ ਚੱਕਵਾ ਦੇ ਕੇ ਫਰਾਰ ਹੋ ਗਿਆ ਏ ਮਾਰਚ 2020 ਦੌਰਾਨ ਜੈਤੋ ਦੇ ਪਿੰਡ ਰੋੜੀ ਕਪੂਰਾ ਦੇ ਵਿੱਚ ਕਬੱਡੀ ਟੂਰਨਾਮੈਂਟ 'ਚ ਗੋਲੀ ਚਲਾ ਕੇ ਕਤਲ ਕਰਨ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਸੀ ਗੁਜਰਾਤ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਬੋਟਾ ਜ਼ਿਲ੍ਹੇ ਦੇ ਵਿੱਚ ਨਕਲੀ ਸ਼ਰਾਬ ਪੀਣ ਨਾਲ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ ਸਵੇਰੇ ਪੁਲਿਸ ਡਾਇਰੈਕਟਰ ਜਨਰਲ ਆਸ਼ੀਸ਼ ਭਾਟਿਆ ਨੇ ਇਸ ਦੀ ਪੁਸ਼ਟੀ ਕੀਤੀ ਹੈ ਬੋਟਾਤ ਪੁਲਿਸ ਨੇ ਰਾਤ ਪਰ ਤਲਾਸ਼ੀ ਮੁਹਿੰਮ ਚਲਾਈ ਜਿਸ ਦੇ ਵਿੱਚ 600 ਲੀਟਰ ਮਥਨਾਲ ਜ਼ਬਤ ਕੀਤਾ ਗਿਆ ਅਹਮਦਾਬਾਦ ਕ੍ਰਾਈਮ ਬ੍ਰਾਂਚ ਨੇ ਦੇਰ ਰਾਤ ਤੱਕ ਨਕਲੀ ਸ਼ਰਾਬ ਬਣਾਉਣ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਕੈਨੇਡਾ ਤੋਂ ਖਬਰ ਹੈ ਜਿੱਥੇ ਵਿਸਲਰ ਪੁਲਿਸ ਨੇ ਵਿਸਲਤ ਦੇ ਵਿੱਚ ਗੈਂਗਸਟਰ ਮਨਿੰਦਰ ਢਾਲੀਵਾਲ ਦੇ ਕਤਲ ਮਾਮਲੇ ਦੇ ਵਿੱਚ 24 ਸਾਲਾ ਗੁਰਸਿਮਰਨ ਸੋਹਤਾ ਤੇ 2 ਪੰਜ ਜਣਿਆਂ ਨੂੰ ਗ੍ਰਿਫਤਾਰ ਕਰਨ ਦਾ ਐਲਾਨ ਕੀਤਾ ਹੈ ਪੁਲਿਸ ਨੇ ਸਰੀ ਦੇ ਰਹਿਣ ਵਾਲੇ ਗੁਰਸਿਮਰਨ ਸੋਹਤਾ ਤੇ تنویر ਖਖ ਤੇ ਕਤਲ ਦੇ ਦੋਸ਼ ਲਾਏ ਨੇ ਖਖ ਤੇ ਸੋਹਤਾ ਸਮੇਤ ਤਿੰਨ ਹੋਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਸ਼ਮੂਲੀਅਤ ਬਾਰੇ ਜਾਂਚ ਕੀਤੀ ਜਾ ਰਹੀ ਹੈ ਲਖੀਮਪੁਰ ਖੀਰੀ ਕਤਲकांड ਮਾਮਲੇ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤ ਆਸ਼ੀਸ਼ ਮਿਸ਼ਰਾ ਉਰਫ ਮੋਨੂ ਦੀ ਜ਼ਮਾਨਤ ਦੀ ਅਰਜ਼ੀ ਲਾਹੌਰ ਹਾਈ ਕੋਰਟ ਨੇ ਰੱਦ ਕਰ ਦਿੱਤੀ ਅਦਾਲਤ ਨੇ ਕਿਹਾ ਕਿ ਰਿਕਾਰਡ ਤੇ ਮੌਜੂਦ ਤੱਥਾਂ ਦੇ ਮੱਦੇ ਨਜ਼ਰ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਤੇ ਰਹਿਣ ਨਹੀਂ ਕੀਤਾ ਜਾ ਸਕਦਾ ਇਹ ਫੈਸਲਾ ਜਸਟਿਸ ਕ੍ਰਿਸ਼ਨਾ ਬਿਹਲਦੇ ਸਿੰਗਲ ਬੈਂਚ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਸੁਣਾਇਆ ਜਸਟਿਸ ਕ੍ਰਿਸ਼ਨਾ ਬੈਂਚ ਨੇ ਸੁਣਵਾਈ ਪੂਰੀ ਕਰਨ ਤੋਂ ਬਾਅਦ 15 ਜੁਲਾਈ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ 10 ਫਰਵਰੀ 2022 ਨੂੰ ਆਸ਼ੀਸ਼ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਬਾਅਦ ਵਿੱਚ ਸੁਪਰੀਮ ਕੋਰਟ ਨੇ ਜ਼ਮਾਨਤ ਰੱਦ ਕਰ ਦਿੱਤੀ ਸੀ ਮੰਗਲਵਾਰ ਨੂੰ ਈਡੀ ਦੇ ਵੱਲੋਂ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਤੋਂ ਫਿਰ ਨੈਸ਼ਨਲ ਹੈਰਾਲਡ ਕੇਸ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ ਅਤੇ ਇਸ ਪੁੱਛ ਪੜਤਾਲ ਦੇ ਵਿਰੋਧ ਦੇ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਕਾਂਗਰਸ ਸੇ ਸੰਸਦ ਮੈਂਬਰਾਂ ਨੇ ਵਿਜੇ ਚੌਂਕ ਦੇ ਵਿੱਚ ਪ੍ਰਦਰਸ਼ਨ ਕੀਤਾ ਦਿੱਲੀ ਦੇ ਵਿਜੇ ਚੌਂਕ ਵਿੱਚ ਪ੍ਰਦਰਸ਼ਨ ਕਰ ਰਹੇ ਰਾਹੁਲ ਗਾਂਧੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਗਾਂਧੀ ਨੇ ਕਿਹਾ ਸੀ ਕਿ ਭਾਰਤ ਪੁਲਿਸ ਦੇਸ਼ ਹੈ ਤੇ મોદી ਇਸ ਦਾ ਰਾਜਾ ਹੈ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਰਾਹੁਲ ਗਾਂਧੀ ਨੂੰ ਜੋ ਹਿਰਾਸਤ ਵਿੱਚ ਲੈ ਲਿਆ ਤਾਂ ਪੂਰੇ ਦੇਸ਼ ਦੇ ਵਿੱਚ ਕਾਂਗਰਸ ਦੇ ਵੱਲੋਂ ਰੋਸ ਮظਾਰੇ ਕੀਤੇ ਗਏ ਇਸ ਦਰਮਿਆਨ ਪੰਜਾਬ ਕਾਂਗਰਸ ਦੇ ਵੱਲੋਂ ਵੀ ਚੰਡੀਗੜ੍ਹ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਭਾਰਤ ਦੇ 골ਡਨ ਬॉय ਨੀਰਜ ਚੋਪੜਾ ਜ਼ਖਮੀ ਹੋ ਗਏ ਨੇ ਰਾਸ਼ਟ੍ਰਮੰਡਲ ਖੇਡਾਂ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੇ ਭਾਰਤੀ 올림픽 ਸੰਘ ਨੇ ਇਸ ਦਾ ਐਲਾਨ ਕਰ ਦਿੱਤਾ ਹੈ ਕਿ ਸਟਾਰ ਜਾਵਲਨ ਥਰੋਅਰ ਨੀਰਜ ਚੋਪੜਾ ਫੱਟੜ ਹੋਣ ਕਰਕੇ ਰਾਸ਼ਟ੍ਰ ਮੰਡਲ ਖੇਡਾਂ ਦੇ ਵਿੱਚ ਯਾਨਕੀ ਕਾਮਨਵੈਲਥ ਗੇਮਸ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੇ ਚੋਪੜਾ ਨੇ ਐਤਵਾਰ ਨੂੰ ਹੀ ਯੂਜੇਨ ਦੇ ਵਿੱਚ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਤੇ ਮੁਕਾਬਲੇ ਦੌਰਾਨ ਉਹ ਜ਼ਖਮੀ ਹੋ ਗਏ ਸੀ ਮੁੰਬਈ ਤੋਂ ਖਬਰ ਹੈ ਜਿੱਥੇ ਸੋਸ਼ਲ ਮੀਡੀਆ ਤੇ ਇਤਰਾਜਯੋਗ ਤਸਵੀਰਾਂ ਖਿੱਚਵਾ ਕੇ ਪਾਏ ਜਾਣ ਕਾਰਨ ਅਦਾਕਾਰ ਰਣਵੀਰ ਸਿੰਘ ਦੇ ਖਿਲਾਫ ਪੁਲਿਸ ਨੇ ਕੇਸ ਦਰਜ ਕੀਤਾ ਦੂਸਰੀ ਵੀ ਬੰਬੇ ਤੋਂ ਹੀ ਹੈ ਜਿੱਥੇ اداکار ਵਿੱਕੀ ਕੌਸ਼ਲ ਅਤੇ ਉਸ ਦੀ ਪਤਨੀ ਕੈटरीना कैफ ਨੂੰ ਸੋਸ਼ਲ ਮੀਡੀਆ ਤੇ ਜਾਨੋਂ ਮਾਰਨ ਦੀ ਧਮਕੀਆਂ ਦੇਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਮਨਵਿੰਦਰ ਫਿਲਮ ਨਗਰੀ ਦੇ ਵਿੱਚ ਪੈਰ ਜਮਾਉਣ ਲਈ ਸੰਘਰਸ਼ ਕਰ ਰਿਹਾ ਸੀ ਤੇ ਕੈटरीना ਦਾ ਵੱਡਾ ਪ੍ਰਸ਼ੰਸਕ ਵੀ ਦੱਸਿਆ ਜਾਂਦਾ ਹੈ। ਅਭਨੇਤਰੀ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਪੁਲਿਸ ਦੇ ਦੱਸਣ ਦੇ ਮਤਾਬਿਕ ਉਸ ਨੂੰ ਮੁੰਬਈ ਦੀ ਬਾਂਦਰਾ ਅਦਾਲਤ ਦੇ ਵਿੱਚ ਪੇਸ਼ ਕਰਕੇ 28 ਜੁਲਾਈ ਤੱਕ ਪੁਲਿਸ ਰਿਹਾਸਤ੍ਰਿਚ ਭੇਜ ਦਿੱਤਾ ਗਿਆ। ਦੇਸ਼ ਦੀ ਸਭ ਤੋਂ ਵੱਡੀ ਸਟਾਕ ਐਕਸਚੇਂਜ ਬੀਐਸਸੀ ਦੇ ਪ੍ਰਬੰਧਕ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਅਸ਼ੀਸ਼ ਕੁਮਾਰ ਚੋਹਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਹਨਾਂ ਨੂੰ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ ਚੋਹਾਨ ਦੇ ਅਸਤੀਫੇ ਬਾਰੇ ਜਾਣਕਾਰੀ ਦਿੰਦੇ ਹੋਏ ਬੀਐਸਸੀ ਨੇ ਕਿਹਾ ਕਿ ਸੋਮਵਾਰ ਨੂੰ ਹੀ ਉਹਨਾਂ ਨੂੰ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕੀਤਾ ਗਿਆ ਹੈ 5ਜੀ ਸਪੈਕਟ੍ਰਮ ਦੀ ਨਿਲਾਮੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜਿਸ ਵਿੱਚ 1.4 ਲੱਖ ਕਰੋੜ ਰੁਪਏ ਦੇ 72 ਗੀਗਾਹਰਟਜ਼ ਸਪੈਕਟ੍ਰਮ ਦੇ ਲਈ ਬੋਲੀ ਲਾਈ ਜਾਏਗੀ ਸਵੇਰੇ 10 ਵਜੇ ਬੋਲੀ ਦੀ ਪ੍ਰਕਿਰਿਆ ਸ਼ੁਰੂ ਹੋਏ ਸ਼ਾਮ 6 ਵਜੇ ਤੱਕ ਬੋਲੀ ਚੱਲਦੀ ਰਹੀ ਚਾਰ ਖਾਸ ਕੰਪਨੀਆਂ ਨੇ ਜਿਹੜੀਆਂ ਖਾਸ ਕਰਕੇ ਇਸ ਦੌੜ ਦੇ ਚਨੇ ਦੂਰ ਸੰਚਾਰ ਸੇਵਾ ਕੰਪਨੀਆਂ ਰਿਲਾਇੰਸ Jio ਭਾਰਤੀ Airtel ਤੇ Vodafone Idea ਤੋਂ ਇਲਾਵਾ ਗੋਤਮ ਅਡਾਨੀ ਦੀ ਕੰਪਨੀ ਅਡਾਨੀ ਐਂਟਰਪ੍ਰਾਈਜ਼ਸ ਵੀ ਸਪੈਕਟ੍ਰਮ ਨਿਲਾਮੀ ਦੇ ਦੌਰ ਦੇ ਵਿੱਚ 5G ਦੀ ਬੋਲੀ ਲਾ ਕੇ ਗਈ ਹੈ। ਰਾਸਵਧ ਵਿੱਚ ਸਦਨ ਦੇ ਲੀਡਰ ਪ੍ਰਿਯੋਸ਼ ਗੁਇਲ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਦੇ ਸਿਹਤਯਾਬ ਹੋਣ ਤੋਂ ਬਾਅਦ ਸੰਸਦ ਵਿੱਚ ਵਾਪਸ ਆਉਣ ਤੇ ਸਰਕਾਰ ਮਹਿੰਗਾਈ ਤੇ ਚਰਚਾ ਕਰਨ ਨੂੰ ਤਿਆਰ ਹੈ। ਆਖਿਰਕਾਰ ਕਈ ਦਿਨਾਂ ਤੋਂ ਵਿਰੋਧੀ ਨੇ ਜਿਹੜੇ ਇਸੇ ਮੁੱਦੇ ਤੇ ਮਹਿੰਗਾਈ ਦੇ ਮੁੱਦੇ ਤੇ ਚਰਚਾ ਕਰਨ ਦੇ ਲਈ ਰੌਲਾ ਪਾ ਰਹੇ ਸਨ ਤੇ ਆਖਿਰਕਾਰ ਸਰਕਾਰ ਹੈ ਕਿ ਜੇ ਨਿਰਮਲਾ ਸਿਤਰਮਨ ਜਿਹੜੇ ਕਿ ਦੇਸ਼ ਦੇ ਵਿੱਤ ਮੰਤਰੀ ਨੇ ਉਹ ਸੰਸਦ ਵਿੱਚ ਪਹੁੰਚੇ ਤਾਂ ਚਰਚਾ ਹੋ ਸਕੇਗੀ ਤੇ ਉਧਰ ਰਾਜ ਸਭਾ ਦੇ 19 ਸਾਂਸਦਾਂ ਨੂੰ ਮੰਗਲਵਾਰ ਨੂੰ ਜਿਹੜਾ ਹੈਗਾ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਹਫਤੇ ਦੇ ਬਾਕੀ ਦਿਨਾਂ ਦੇ ਲਈ ਸਦਨ ਚੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਸਦਨ ਦੀ ਵੇਲ ਦੇ ਵਿੱਚ ਪਹੁੰਚਣ ਨਾਰੇ ਲਾਉਣ ਦੇ ਕਾਰਨ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਇਹਨਾਂ 19 ਦੇ ਵਿੱਚੋਂ 7 ਸਾਂਸਦ ਟੀਐਮਸੀ ਜਨਕੀ ਤ੍ਰਿੰਮੂਲ ਕਾਂਗਰਸ ਦੇ 6 ਸਾਂਸਦ ਡੀਐਮਕੇ ਦੇ 3 ਸਾਂਸਦ ਟੀਆਰਐਸ 2 ਸਾਂਸਦ ਸੀਪੀਐਮ ਤੇ ਇੱਕ ਸਾਂਸਦ ਸੀਪੀਆਈ ਦੇ ਹਨ ਇਸ ਤੋਂ ਪਹਿਲਾਂ ਸੋਮਵਾਰ ਨੂੰ ਲੋਕ ਸਭਾ ਦੇ ਵਿੱਚ ਚਾਰ ਐਮਪੀਜ਼ ਨੂੰ ਸਸਪੈਂਡ ਕੀਤਾ ਗਿਆ ਸੀ ਜਦੋਂ ਤੱਕ ਚੱਲਦਾ ਰਹੂਗਾ ਸੈਸ਼ਨ ਉਦੋਂ ਤੱਕ ਲਈ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਇੱਕ ਨਵਾਂ ਤਜਰਬਾ ਕੀਤਾ ਹੈ ਕੇਂਦਰ ਸਰਕਾਰ ਦੇ ਨੈਸ਼ਨਲ ਡੇਰੀ ਵਿਕਾਸ ਬੋਰਡ ਦੇ ਵੱਲੋਂ گاਵਾਾਂ ਤੇ ਮੱਜਾਂ ਦੇ ਦੁੱਧ ਨਾਲ ਗੋਹਾ ਵੀ ਖਰੀਦਿਆ ਜਾਇਆ ਕਰੂਗਾ ਜਿਸ ਤੋਂ ਬਿਜਲੀ ਪੈਦਾ ਹੋਊਗੀ ਗੈਸ ਵੀ ਨਿਕਲੂਗੀ ਬੋਰਡ ਗੋਬਰ ਤੋਂ ਜੈਵਿਕ ਖਾਦ ਬਣਾਉਣ ਦੀ ਤਿਆਰੀ ਦੇ ਵਿੱਚ ਵੀ ਹੈ ਇਸ ਕੰਮ ਨੂੰ ਅੱਗੇ ਵਧਾਉਣ ਦੇ ਲਈ ਕੇਂਦਰੀ ਮੱਛੀ ਪਾਲਣ ਪਸ਼ੂ ਪਾਲਣ ਤੇ ਡੇਰੀ ਮੰਤਰੀ ਪੁਰਸ਼ੋਤਮ ਰੋਪਾਲਾ ਨੇ ਐਨ ਡੀ ਡੀ ਬੀ ਦੀ ਸਹਾਇਕ ਕੰਪਨੀ ਐਨ ਡੀ ਡੀ ਬੀ ਮਰੀਡਾ ਲਿਮਟਿਡ ਦੀ ਸ਼ੁਰੂਆਤ ਕੀਤੀ ਹੈ ਇਸ ਕੰਪਨੀ ਵੱਲੋਂ ਕਿਸਾਨਾਂ ਤੋਂ ਗੋਹੇ ਦੀ ਖਰੀਦ ਕੀਤੀ ਜਾਊਗੀ ਕੰਪਨੀ ਇਸ ਦੇ ਵਰਤੋਂ ਬਿਜਲੀ ਗੈਸ ਤੇ ਜੈਵਿਕ ਖਾਦ ਬਣਾਉਣ ਦੇ ਵਿੱਚ ਕਰੇਗੀ ਸ਼੍ਰੀਲੰਕਾ ਦੀ ਸਰਕਾਰ ਨੇ ਅਧਿਕਾਰਤ ਤੌਰ ਤੇ ਇੱਕ ਵੱਡਾ ਬਿਆਨ ਦਿੱਤਾ ਹੈ ਆਰਥਿਕ ਸੰਕਟ ਦੇ ਚੱਲਦਿਆਂ ਸਰਕਾਰ ਦਾ ਪਲਟਾ ਹੋਣ ਤੋਂ ਬਾਅਦ ਇਹ ਬਿਆਨ ਆਇਆ ਹੈ ਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਗੋਟਪਾਇਆ ਰਾਜਪੱਖੇ ਕਿਤੇ ਵੀ ਲੁਕੇ ਨਹੀਂ ਹਨ ਭੱਜੇ ਨਹੀਂ ਹਨ ਛੇਤੀ ਹੀ ਸਿੰਗਾਪੁਰ ਤੋਂ ਵਾਪਸ ਆਪਣੇ ਮੁਲਕ ਪਰਤਣਗੇ ਕੈਬਨਿਟ ਦੇ ਬੁਲਾਰੇ ਬੰਡੁਲਾ ਗੁਨਾਵਰਤਨੇ ਨੇ ਮੰਗਲਵਾਰ ਬਿਆਨ ਜਾਰੀ ਕੀਤਾ ਕਿ 13 ਜੁਲਾਈ ਨੂੰ ਸ਼੍ਰੀਲੰਕਾ ਛੱਡ ਕੇ ਜਾਣ ਵਾਲੇ ਰਾਜਪੱਖੀ ਕਿਤੇ ਭੱਜੇ ਨਹੀਂ ਹਨ ਸ਼੍ਰੀਲੰਕਾ ਵਾਪਸ ਪਰਤਣਗੇ ਇਦਰ ਭਾਰਤ ਦੇ ਵਿੱਚ ਸੁਪਰੀਮ ਕੋਰਟ ਇੱਕ ਜਨ ਹਿੱਤ ਸੁਣਵਾਈ ਕਰ ਰਹੀ ਸੀ ਜਿਸ ਦੌਰਾਨ ਸੁਪਰੀਮ ਕੋਰਟ ਨੇ ਸ਼੍ਰੀਲੰਕਾ ਦੀ ਉਦਾਹਰਣ ਦਿੱਤੀ ਸੁਪਰੀਮ ਕੋਰਟ ਨੇ ਕਿਹਾ ਕਿ ਮੁਫਤ ਦੀਆਂ ਚੀਜ਼ਾਂ ਵੰਡਣ ਕਰਕੇ ਸ਼੍ਰੀਲੰਕਾ ਦੀ ਹਾਲਤ ਵਿਗੜੀ ਹੈ ਭਾਰਤ ਵੀ ਇਸੇ ਰਾਹ ਤੇ ਤੁਰਿਆ ਹੋਇਆ ਹੈ ਇਹ ਨਾ ਹੋਵੇ ਕਿ ਸ਼੍ਰੀਲੰਕਾ ਵਰਗੇ ਹਾਲਾਤ ਨੇ ਜਿਹੜੇ ਉਹ ਭਾਰਤ ਦੇ ਵਿੱਚ ਵੀ ਕਿਸੇ ਦਿਨ ਬਣ ਜਾਣ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ। ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ। ਧੰਨਵਾਦ।